Hey guys, subscribe and press the bell icon to never miss a video from Gabru. ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹਰ ਵਾਰ ਜਿਹੜੀ ਵੀ ਫਿਲਮ ਰਿਲੀਜ਼ ਹੁੰਦੀ ਹੈ ਉਹਦੇ ਵਿੱਚ ਕੁਝ ਨਾ ਕੁਝ ਵਧੀਆ ਕਨਸੈਪਟ ਤਾਂ ਜ਼ਰੂਰ ਹੁੰਦਾ ਹੀ ਹੈ। ਤਾਂ ਹੀ ਉਹ ਫਿਲਮ ਦੇਸ਼ ਵਿਦੇਸ਼ ਦੇ ਵਿੱਚ ਸਾਰਿਆਂ ਨੂੰ ਪਸੰਦ ਆਉਂਦੀ ਹੈ ਤੇ ਇਦਾਂ ਹੀ ਇੱਕ ਵਧੀਆ ਕਨਸੈਪਟ ਲੈ ਕੇ ਇੱਕ ਨਵੀਂ ਫਿਲਮ ਰਿਲੀਜ਼ ਹੋ ਰਹੀ ਹੈ ਜਿਸ ਦਾ ਨਾਮ ਹੈ ਗੁਰਮੁਖ, ਜਿਹਦੇ ਵਿੱਚ ਸਾਨੂੰ ਦਿਖੂਗੇ ਸਾਰਾ ਗੁਰਪਾਲ ਜਿਹੜੇ ਪਹਿਲਾਂ ਵੀ ਸਾਨੂੰ ਪੰਜਾਬੀ ਗਾਣੇ ਦੇ ਵਿੱਚ ਆਪਣੀ ਮਾਡਲਿੰਗ ਤੇ ਡੰਗਰ ਡਾਕਟਰ ਜੈਲੀ ਫਿਲਮ ਦੇ ਵਿੱਚ ਆਪਣੀ ਐਕਟਿੰਗ ਦੇ ਨਾਲ ਖੂਬ ਐਂਟਰਟੇਨ ਕਰ ਚੁੱਕੇ ਨੇ ਤੇ ਇਸ ਵਾਰ ਉਹ ਫਿਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਐਂਟਰੀ ਕਰ ਰਹੇ ਨੇ ਫਿਲਮ ਗੁਰਮੁਖ ਦੇ ਨਾਲ। ਚੈੱਕ ਕਰੋ ਇਸ ਫਿਲਮ ਦੇ ਪੋਸਟਰ। ਇਸ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀ ਤਾਂ ਫਿਲਮ ਦੇ ਵਿੱਚ ਸਾਰਾ ਗੁਰਪਾਲ ਦੇ ਨਾਲ ਦੇਖੂਗੇ ਕੁਲਜਿੰਦਰ ਸਿੱਧੂ ਜਿਹੜੇ ਕਿ ਸਾਡਾ ਹੱਕ ਫਿਲਮ ਦੇ ਵਿੱਚ ਵੀ ਸਾਨੂੰ ਪਹਿਲਾਂ ਦੇਖੇ ਸੀਗੇ ਤੇ ਇਸ ਤੋਂ ਇਲਾਵਾ ਆਕਾਂਸ਼ਾ ਸਰੀਨ, ਯਾਦ ਗਰੇਵਾਲ, ਸਰਦਾਰ ਸੂਈ ਤੇ ਹੋਰ ਵੀ ਕਈ ਆਰਟਿਸਟ ਸਾਨੂੰ ਦੇਖਣ ਨੂੰ ਮਿਲ ਗਏ। ਉਸ ਤੋਂ ਬਾਅਦ ਗੱਲ ਕਰਦੇ ਹਾਂ ਮਿਊਜ਼ਿਕ ਦੀ ਤਾਂ ਗੁਰਮੀਤ ਸਿੰਘ ਦੇ ਗੋਲਡ ਬਾਈਨਸ ਵਿੱਚ ਮਿਊਜ਼ਿਕ ਦਿੱਤਾ ਹੈ। ਰਿਟਨ ਐਂਡ ਡਾਇਰੈਕਟਿਡ ਹੈ ਬਾਈ ਪਾਲੀ ਭੁਪਿੰਦਰ ਸਿੰਘ ਤੇ ਇਹ ਫਿਲਮ ਪ੍ਰੈਜੈਂਟ ਹੋ ਰਹੀ ਹੈ ਬਾਈ ਰਾਣਾ ਆਲੂਵਾਲੀਆ ਪ੍ਰੋਡਕਸ਼ਨਸ ਇਨ ਐਸੋਸੀਏਸ਼ਨ ਵਿਦ ਢਿੱਲੋਂ ਕ੍ਰੀਏਸ਼ਨਸ। ਇਹ ਫਿਲਮ ਉਸ ਲੇਡੀ ਦੀ ਸਟੋਰੀ ਨੂੰ ਦੱਸਦੀ ਹੈ ਜਿਹਦੇ ਨਾਲ ਸਰੀਰਕ ਸ਼ੋਸ਼ਣ ਹੋਣ ਤੋਂ ਬਾਅਦ ਉਹਦੀ ਲਾਈਫ ਦੇ ਵਿੱਚ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ, ਕਿਹੜੀ ਕਿਹੜੀ ਸਿਚੁਏਸ਼ਨਸ ਆਉਂਦੀਆਂ ਨੇ ਤੇ ਜਿੱਥੇ ਐਕਸ਼ਨ, ਰੋਮਾਂਟਿਕ ਤੇ ਕਾਮੇਡੀ ਫਿਲਮਸ ਬਣਦੀਆਂ ਨੇ ਉੱਥੇ ਇਹੋ ਜਿਹੀਆਂ ਰੀਅਲ ਲਾਈਫ ਸਿਚੁਏਸ਼ਨਸ ਦੇ ਉੱਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੇ ਇਦਾਂ ਪਹਿਲੀ ਵਾਰੀ ਹੋਇਆ ਕਿ ਇਸ ਪ੍ਰੋਬਲਮ ਦੇ ਉੱਤੇ ਫਿਲਮ ਵੀ ਬਣੀ ਹੈ। ਸੋ ਬੈਸਟ ਵਿਸ਼ਿਸ ਪੂਰੀ ਟੀਮ ਨੂੰ ਸਾਡੇ ਵੱਲੋਂ ਤੇ ਇਸ ਫਿਲਮ ਦੀ ਸ਼ੂਟਿੰਗ ਅਪ੍ਰੈਲ ਦੇ ਵਿੱਚ ਸ਼ੁਰੂ ਹੋਊਗੀ ਤੇ ਨਵੰਬਰ 2019 ਦੇ ਵਿੱਚ ਇਹ ਫਿਲਮ ਰਿਲੀਜ਼ ਵੀ ਹੋਊਗੀ। ਸੋ ਤੁਹਾਨੂੰ ਇਹ ਅਪਡੇਟ ਕਿੱਦਾਂ ਦੀ ਲੱਗੀ ਥੱਲੇ ਲਾਈਕ, ਸ਼ੇਅਰ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਾਣ ਲੱਗੇ ਗੱਬਰੂ ਦਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਜੀ। Hey guys, subscribe and press the bell icon to never miss a video from Gabru.